ਤੁਹਾਨੂੰ ਲੱਗਦਾ ਕਿ ਉਹ ਜਿਹੜੇ ਸਿੰਗਰ ਆਟੋ ਟਿਊਨ ਤੇ ਗਾਉਂਦੇ ਨੇ ਉਹ ਵੀ ਇੱਕ ਹਿਸਾਬ ਦੀ ਕਰਪਸ਼ਨ ਹੀ ਆਪਣੇ ਨਾਲ ਹੀ ਕਿ ਅਸੀਂ ਆਟੋ ਟਿਊਨ ਤੇ ਗਾ ਤੇ ਰਹੇ ਹਾਂ ਸਟੇਜ ਤੇ ਸਾਡੇ ਕੋਲ ਲੱਗਣੇ ਨਹੀਂ 2.5 ਘੰਟੇ ਉਹ ਪ੍ਰੋਬਲਮ ਬੜੀ ਆ ਜੀ ਸਿੰਗਰਾਂ ਦੀ ਬਣ ਦਿਓ ਕਿ ਇਹ ਸਿੰਗਰ ਦੀ ਆਪਣੇ ਆਪ ਨਾਲ ਹੀ ਕਰਪਸ਼ਨ ਹੈਗੀ ਆ ਜੀ ਇਹ ਵੀ ਮੰਨ ਲੈਂਦੇ ਹਾਂ ਦੇਖੋ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਭਾਅ ਜੀ ਸਿੰਗਰਾਂ ਜਿਹੜੇ ਚੰਗਾ ਗਾਉਂਦੇ ਉਹਨਾਂ ਦੀ ਕੋਈ ਕਮੀ ਨਹੀਂ ਇੰਨਾ ਕੁ ਸੁਰੀਲੇ ਸੁਰੀਲੇ ਨਾ ਮੁੰਡੇ ਗਾਉਂਦੇ ਨੇ ਨਾ ਭਾਅ ਜੀ ਤੁਸੀਂ ਦੇਖੋ ਜਦੋਂ ਕਿਤੇ ਗਾਉਂਦੇ ਆ ਨਾ ਉਹ ਬੰਦੇ ਦੀ ਰੂਹ ਬਾਗੋ ਬਾਗ ਹੋ ਜਾਂਦੀ ਅਤੇ ਨੋ ਡਾਊਟ ਜਿਹਨਾਂ ਨੂੰ ਨਹੀਂ ਗਾਉਣਾ ਆਉਂਦਾ ਉਹ ਵੀ ਬਹੁਤ ਨੇ ਪਰ ਇਹ ਆ ਵੀ ਜੇ ਮਿਹਨਤ ਕਰੀਏ ਕਿਸੇ ਨੂੰ ਸਿੱਖ ਕੇ ਇਸ ਫੀਲਡ 'ਚ ਆਈਏ ਉਹ ਲੰਬਾ ਸਮਾਂ ਜੇ ਅੱਜ ਹੰਸ ਭਾਅ ਜੀ ਅੱਜ ਤੱਕ ਗਾ ਰਿਹਾ ਮਨਮੋਹਨ ਭਾਅ ਜੀ ਨੂੰ 25 ਸਾਲ ਹੋ ਗਏ ਗਾਉਂਦਿਆਂ ਨੂੰ ਹੈਂ ਅਤੇ ਸਰਦੂਲ ਭਾਅ ਜੀ ਕਦੋਂ ਦੇ ਗਾ ਰਹੇ ਨੇ ਜੀ ਜੀ ਅਤੇ ਉਹ ਕਾਹਤੇ ਇੰਨਾ ਚਿਰ ਅੱਜ ਗੁਰਦਾਸ ਜੀ ਅੱਜ ਤੱਕ ਕਾਇਮ ਨੇ ਮਾਣਕ ਸਾਹਿਬ ਨੇ ਇੰਨਾ ਸਮਾਂ ਲੋਕਾਂ 'ਤੇ ਰਾਜ ਕੀਤਾ ਕਾਹਤੇ ਕੀਤਾ ਕਿਉਂਕਿ ਉਹਨਾਂ ਨੂੰ ਗਾਉਣਾ ਆਉਂਦਾ ਸੀ ਸੋ ਉਹ ਸਿੱਖੇ ਹੋਏ ਸੀ ਇਹ ਫਿਰ ਭਾਅ ਜੀ ਥੋੜ੍ਹੇ ਸਮੇਂ ਲਈ ਹੁੰਦਾ ਸੀ ਡੀ 'ਤੇ ਕਿੰਨਾ ਚਿਰ ਗਾ ਲੂੰਗੇ ਤੁਸੀਂ ਗੱਲ ਤਾਂ ਉਦੋਂ ਹੀ ਆ ਵੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਹੀਂ ਧਰੂਬੜੇ ਮੇ ਖਾਣੀ ਜਿੱਥੇ ਲਾਈਵ ਲੋਕ ਬੈਠੇ ਆ ਸੀ ਡੀ 'ਤੇ ਗਾ ਕੇ ਕੰਮ ਨਹੀਂ ਚੱਲਣਾ ਬਈ ਇੱਦਾਂ ਹੋਜੂ ਉੱਦਾਂ ਹੋਜੂ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਗੱਲਾਂ ਤਾਂ ਫਿਰ ਉੱਥੇ ਪਤਾ ਲੱਗਦਾ ਜਦੋਂ ਲੋਕ ਲਾਈਵ ਸੁਣਦੇ ਆ ਤੁਹਾਨੂੰ ਲਾਈਵ ਗਾਉਣਾ ਬੜਾ ਔਖਾ ਬੰਦਾ ਪੈਸੇ ਲਾ ਕੇ ਸਿੰਗਰ ਬਣ ਸਕਦਾ ਕਿਉਂਕਿ ਆਰਡਰ ਟਿਊਨ ਦਾ ਜੇ ਜ਼ਮਾਨਾ ਹਾਂ ਨਹੀਂ ਦੇਖੋ ਪੈਸਾ ਬਹੁਤ ਕਾਊਂਟ ਕਰਦਾ ਜੇ ਪੈਸੇ ਵਾਲੇ ਸਿੰਗਰ ਬਣਨੇ ਹੁੰਦੇ ਫਿਰ ਅੰਬਾਨੀ ਅਡਾਨੀ ਬਹੁਤ ਵੱਡੇ ਸਿੰਗਰ ਹੋਣੇ ਸੀ ਅਤੇ ਕਹਿਣਾ ਫੇਮ ਮਿਲਦਾ ਜੀ ਇੱਦਾਂ ਪਰ ਜੀਓ ਵਾਲਾ ਸਿੰਗਰ ਹੋਣਾ ਤੁਸੀਂ ਦੇਖੋ ਸ਼ੈਲ ਸਿੰਗਰ ਸੀਗਾ ਇੱਕ ਜੀ ਉਹਨਾਂ ਦਾ ਓਸਵਾਲ ਵਾਲਿਆਂ ਦਾ ਮੁੰਡਾ ਉਹਨੇ ਬਹੁਤ ਪੈਸਾ ਲਾਇਆ ਉੱਥੇ ਖੈਰ ਉਹ ਮੁੰਡਾ ਚੱਲਿਆ ਵੀ ਪਰ ਬਹੁਤ ਪੈਸਾ ਲਾਉਣ ਦੇ ਬਾਵਜੂਦ ਵੀ ਅੱਜ ਉਹ ਫ੍ਰੀ ਬੈਠਾ ਕਿਉਂਕਿ ਪੈਸੇ ਇਕੱਲੇ ਪੈਸੇ ਨਹੀਂ ਕਾਊਂਟ ਕਰਦੇ ਗੱਲ ਆ ਵੀ ਜਿਹੜੀ ਗਾਇਕੀ ਦਾ ਅਸਰ ਵੀ ਹੋਣਾ ਚਾਹੀਦਾ ਉਹ ਸਿੰਗਰ ਹੋਣਾ ਚਾਹੀਦਾ ਬਿਨਾਂ ਗੱਲ ਤੋਂ ਮਤਲਬ ਤੁਹਾਡਾ ਕਹਿਣ ਦਾ ਫਾਇਦਾ ਇਹ ਕਿ ਬੰਦਾ ਸਿੱਖ ਕੇ ਆਵੇ ਬਿਨਾਂ ਸਿੱਖੇ ਨਾ ਆਵੇ ਆਟੋ ਟਿਊਨ ਤੇ ਨਾ ਆਵੇ ਕੋਈ ਵੀ ਆਵੇ ਮੈਂ ਦੇਖੋ ਅੱਜ ਮੈਂ ਗਾ ਰਿਹਾ ਮੈਂ ਵੀ ਥੱਲੇ ਜਾਣਾ ਮਗਰ ਬਹੁਤ ਲੰਬੀ ਲਾਈਨ ਆ ਜਿਹਨਾਂ ਨੇ ਅੱਗੇ ਆਉਣਾ ਇਹ ਤਾਂ ਨੇਚਰ ਹੈ ਜੇ ਚੱਲੀ ਜਾਣਾ ਇਹ ਤਾਂ ਟ੍ਰੇਨ ਤੁਰੀ ਜਾ ਰਹੀ ਆ ਪਿਛਲੇ ਡੱਬਿਆਂ ਦੀ ਗਾਂਹ ਆਉਣ ਦੀ ਵਾਰੀ ਆ ਰਹੀ ਆ ਸੋ ਮੈਂ ਵੀ ਨਹੀਂ ਰਹਿ ਜਾਣਾ ਜਿਹੜੇ ਪਿਛਲੇ ਰਹਿਣਾ ਉਹਨੇ ਨਹੀਂ ਵੀ ਨਹੀਂ ਰਹਿਣਾ ਇਹ ਤਾਂ ਚੱਲਦਾ ਰਹਿਣਾ ਇਹ ਅਤੇ ਜੇ ਸਿੱਖ ਕੇ ਆਈਏ ਤਾਂ ਪੰਜਾਬੀ ਅਸੀਂ ਮਾਂ ਬੋਲੀ ਦੀ ਸੇਵਾ ਕਰ ਸਕਦੇ ਹਾਂ ਅਤੇ ਪੰਜਾਬੀ ਸੰਗੀਤ ਨੂੰ ਜਿਉਂਦਾ ਰੱਖ ਸਕਦੇ ਹਾਂ